ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਵੀਰ ਜੀ ਅੱਜ ਆਪਣੀ ਵਿਜੜ ਹੈਗੀ ਆ ਅੱਡਾ ਜੈਨਤੀਪੁਰ ਜੀ, ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ, ਤਹਿਸੀਲ ਵੀ ਅੰਮ੍ਰਿਤਸਰ। ਦੁਰਗਾ ਦਾ ਡੇਅਰੀ ਪਹੁੰਚ ਚੁੱਕੇ ਜੀ ਆਪਾਂ, ਚੌਧਰੀ ਡੇਅਰੀ ਫਾਰਮ ਜੀ, ਠੀਕ ਹੈ ਬਾਈ ਦੁਰਗਾ ਹੋਣਾ ਕੋਲ ਜੀ। ਅਤੇ ਅੱਜ ਬਾਈਆਂ ਕੋਲ 9 ਦੇ ਲਗਭਗ ਝੋਟੀਆਂ ਸੇਲ ਹੈ ਜੀ, ਪਰ ਮਿਲਣਗੀਆਂ ਤੁਹਾਨੂੰ ਸਾਰੀਆਂ ਬੱਲਾ ਮੰਡੀ ਇਹ, ਠੀਕ ਹੈ ਜੀ। ਬੜੀਆਂ ਰਿਕਾਰਡ ਵਾਲੀਆਂ ਝੋਟੀਆਂ ਬਾਈਆਂ ਨੇ ਕੋਲ ਜੀ, ਤੁਹਾਨੂੰ ਪਤਾ ਬਾਈਆਂ ਨੇ ਲੈ ਕੇ ਵੀ ਉੱਥੇ ਹੀ ਜਾਂਦੇ ਮਾਲ, ਸਾਰਾ ਹਰਿਆਣਾ ਜੋ ਮਾਲ ਆਉਂਦਾ। ਐਕੀ ਜਿਹੜੇ ਝੋਟੀਆਂ ਤੁਸੀਂ ਵੇਖਣੀਆਂ ਉੱਥੇ, ਬੜਾ ਆਨੰਦ ਬੰਨਣਗੀਆਂ, ਜਿਹੜੇ 20-20 ਕਿਲੋ, 22-22 ਕਿਲੋ ਰਿਕਾਰਡ ਵਾਲੀਆਂ ਝੋਟੀਆਂ ਪੂਰੀਆਂ। ਅਤੇ ਆ ਹੁਣ ਬਾਈ ਜੀ ਨੇ ਗੱਲਬਾਤ ਕਰੀਏ ਕਿ ਇਹਨਾਂ ਪ੍ਰਾਈਜ਼ ਕੀ ਆ, ਕੀ ਮਿਲਕ ਰਿਕਾਰਡ ਆ। ਉਸ ਤੋਂ ਪਹਿਲਾਂ ਵੀਰ ਜੀ ਰਿਕੁਐਸਟ ਕਰਾਂਗੇ ਤੁਹਾਨੂੰ ਪਹਿਲਾਂ ਕਿ ਚੁਆਈ ਕਰੋ, ਪਾਸ ਕਰੋ, ਪੂਰੀ ਤਸੱਲੀ ਨਾਲ ਖਰੀਦੋ। ਵਾਰ ਵਾਰ ਵੀਰ ਜੀ ਇਹੀ ਬੇਨਤੀ ਕਰ ਦਿੰਦੇ ਹਾਂ ਕਿ ਚੁਆਈ ਜ਼ਰੂਰ ਕਰੋ, ਕਿਤੋਂ ਪਸ਼ੂ ਲੈਣਾ ਕਿਤੇ ਵੀਡੀਓ ਦੇ ਲੈਣਾ, ਚੁਆਈ ਕਰਕੇ ਲੈ ਕੇ ਜਾਓ ਮੇਰਾ ਵੀਰ, ਠੀਕ ਹੈ ਨਾ। ਹੁਣ ਬਾਈ ਜੀ ਨੇ ਗੱਲਬਾਤ ਕਰੀਏ ਆਪਾਂ ਅਤੇ ਅੱਗੇ ਵੀਡੀਓ ਸ਼ੁਰੂ ਕਰੀਏ ਜੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਜੀ ਕਿੱਦਾਂ? ਬਸ ਵਧੀਆ ਵਧੀਆ, ਤੁਸੀਂ ਸੁਣਾਓ ਭਾਈ? ਤੇ ਫਿਰ ਲਿਆ ਆ ਗਏ ਫਿਰ ਮੰਡੀ 'ਚ ਝੋਟੀਆਂ ਜੀ? ਬਿਲਕੁਲ ਬਿਲਕੁਲ ਜੀ, ਪੂਰੀ ਤਿਆਰੀ ਹੈ ਮੰਡੀ ਦੀ, ਤਿਆਰੀ ਹੈ ਜੀ। ਹਾਂਜੀ ਹਾਂਜੀ। ਕਦੋਂ ਲੈ ਕੇ ਜਾ ਰਹੇ ਫਿਰ ਬਾਈ ਜੀ ਇਹਨਾਂ ਨੂੰ? ਮੰਡੀ ਭਾਜੀ ਕੱਲ੍ਹ ਪਹੁੰਚ ਜਾਣਾ, ਕੱਲ੍ਹ 12 ਨੂੰ ਲੈ ਜਾਓਗੇ? ਹਾਂ, ਕੱਲ੍ਹ ਪਹੁੰਚ ਜਾਣਾ ਜੀ। ਤੇ ਕਿਵੇਂ ਫਿਰ ਮੰਡੀ ਦਾ ਬਾਈ ਜੀ ਮਾਹੌਲ ਵਹਿ ਰਿਹਾ? ਵੇਖਿਆ ਆ ਰਿਹਾ ਮਾਲ? ਮਾਲ ਤੇ ਵੇਖੋ ਜੀ, ਮਾਲ ਤੇ ਤੇਜ਼ ਹੀ ਆ। ਪਿੱਛੋਂ ਵੀ ਕਿਵੇਂ ਆਇਆ? ਪਿੱਛੋਂ ਵੀ ਬਹੁਤ ਤੇਜ਼ ਆ ਮਾਲ, ਪੂਰਾ ਤੇਜ਼ ਆਇਆ ਜੀ। ਸੰਦੀਪ ਜੀ ਝੋਟੀਆਂ 20 ਲੀਟਰ ਸੁਣਿਆ ਅਸੀਂ, ਹਾਂਜੀ ਦੁੱਧ ਦਿੰਦੀਆਂ, ਹਾਂਜੀ ਠੀਕ ਆ, ਦਿੰਦੀਆਂ ਵੀ ਆ ਦਿੰਦੀਆਂ। ਆਪਣੇ ਕੋਲ ਪਹਿਲੀ ਵਾਰੀ ਆਏ ਝੋਟੀਆਂ ਭਾਜੀ, ਕੰਡੇ ਦੇ ਤੋਲ ਕੇ 20 ਲੀਟਰ। ਅੱਛਾ, ਕੰਡੇ ਤੋਲ ਕੇ ਐ ਕਿ ਫਿਰ ਕੰਡਾ ਤੋਲ ਤੋਲ ਲੈਣੀਆਂ? ਕੰਡਾ ਹੀ ਲੈਵਾਂਗੇ ਜੀ, ਮੰਡੀ ਗੱਲ ਹੀ ਕੋਈ ਨਹੀਂ ਜੀ, ਘਰੇ ਲੈਣੀ ਕੋਈ, ਘਰੇ ਵੀ ਲੈ। ਹਾਂ ਬਿਲਕੁਲ ਜੀ ਬਿਲਕੁਲ, ਜਾਣਾ ਮੰਡੀ ਆ, ਮੰਡੀ ਜਾਣੀ ਆ। ਹਾਂਜੀ ਹਾਂਜੀ ਠੀਕ ਆ। ਤੇ ਇਹ ਫਿਰ ਪਹਿਲੇ ਦੂਜੇ ਸੂਏ ਲੈ ਕੇ ਜਾਣੀ ਸਾਰੀਆਂ ਜੀ? ਸਾਰੀਆਂ ਭਾਜੀ, ਮੱਝ ਲਈ ਦੀ ਪਹਿਲੇ ਦੂਜੇ ਜਾਂ ਪਹਿਲੇ ਜਾਂ ਦੂਜੇ ਤੀਜੇ ਨਹੀਂ ਲਈ? ਮਾਲ ਸਾਰਾ ਹਰਿਆਣੇ ਤੋਂ ਆਇਆ ਜੀ? ਸਾਰਾ ਹਰਿਆਣੇ ਤੋਂ ਭਾਜੀ, ਹਰਿਆਣੇ ਤੋਂ ਬਿਲਕੁਲ। ਠੀਕ ਹੈ, ਤੇ ਕਿੰਨੀ ਕੁ ਰੇਂਜ ਦੀ ਬਾਈ ਜੀ ਆਈਡੀਆ? ਭਾਜੀ ਰੇਂਜ ਤੇ ਹੁਣ ਸਾਡੇ ਲੋਕਲ ਲੋਕਾਂ ਵਾਸਤੇ ਥੋੜਾ ਔਖਾ, ਕਿ ਸਾਡੇ ਲੋਕ ਉਨੀ ਰੇਂਜ ਪੈਸੇ ਭਰਦੇ ਨਹੀਂ। ਨਹੀਂ ਭਰਦੇ, ਸਹੀ ਗੱਲ ਹੈ, ਪਰ ਚੰਗੀ ਚੀਜ਼ ਦਾ ਚੰਗਾ ਹੀ ਮੁੱਲ ਹੈ ਜੀ। ਠੀਕ ਆ ਠੀਕ ਆ ਨਾ, ਬਿਲਕੁਲ ਜੀ, ਕਰਨ ਵਾਲੇ ਦਾ ਕਰੀ ਜਾਣਾ। ਚਲੋ ਹੋਰ ਜ਼ਿਆਦਾ, ਹਾਂਜੀ ਤੇ ਮਾਲ ਤੇ ਸਾਰਿਆਂ ਦਾ ਵਿਕਦਾ, ਮਾਲ ਵੇਚਦੇ ਜੀ, ਬਿਲਕੁਲ 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 ਜੀ। ਤੇ ਬਾਈ ਜੀ ਫਿਰ ਇਹਨਾਂ ਰੇਟ ਫਿਰ ਕਰਨਾ ਕਿ ਨਹੀਂ? ਨਹੀਂ ਭਾਜੀ, ਰੇਟ ਮੰਡੀ ਕਰ, ਮੰਡੀ ਹੋਊਗਾ ਰੇਟ, ਮੰਡੀ ਦਾ ਰੇਟ ਤੁਹਾਨੂੰ ਪਤਾ ਥੋੜਾ ਵੱਖਰਾ ਹੁੰਦਾ, ਵੱਖਰਾ ਹੁੰਦਾ ਬਿਲਕੁਲ ਜੀ। ਆਪਾਂ ਚਲੋ ਉਧਰ ਮਾਣਾ ਕੋਈ ਦਾਰਸ਼ਾ ਵੀ ਜਾਣਾ ਹੁੰਦਾ ਜੀ, ਬਿਲਕੁਲ ਜੀ ਬਿਲਕੁਲ, ਕਰ ਲਈ ਸ਼ੁਰੂ ਫਿਰ ਆਪਾਂ? ਕਰੋ ਜੀ, ਚਲੋ ਦਿਖਾ ਦਿਓ ਫਿਰ, ਇੱਕ ਦੋ ਕੁ ਦਿਖਾ ਦਿਓ ਫਿਰ। ਇਹ ਜਿਹੜੇ ਝੋਟੀਆਂ ਖੜੇ, ਤਿੰਨੇ ਖੜੀਆਂ ਜੀ, ਕਿੰਨੇ ਕਿੰਨੇ ਲੀਟਰ ਵਾਲੀਆਂ ਜੀ ਇਹ? ਭਾਜੀ ਆ ਝੋਟੀ ਥੱਲੇ 20 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ। 20 ਕਿਲੋ ਕੰਡੇ ਵਾਲਾ, ਠੀਕ ਆ। ਖੋਲੀ ਸੁੱਖੇ ਤਰ੍ਹਾਂ ਖੋਲੋ ਭਾਜੀ। ਸੂਆ ਭਾਜੀ ਇਹ? ਦੂਜਾ ਸੂਆ ਜੀ, ਦੂਜਾ ਸੂਆ ਜੀ, ਸਿੱਖੀ ਝੋਟੀ ਹੈ। ਦੇਖੋ 6 ਦਿਨ ਝੋਟੀ ਹੈ, ਪਰ ਹੁਣ ਮੈਂ ਤਾਂ ਚੁਆਈ ਕਰ ਲਈ ਇਹਨਾਂ ਨੇ। ਆਹ ਦੇਖੋ ਦੇਖੋ ਵੱਡੀ ਝੋਟੀ ਹੈ ਜੀ, 20 ਕਿਲੋ ਦੁੱਧ ਇਸ ਟਾਈਮ ਤਿਆਰ ਹੈ ਜਿਹੜਾ। ਰੇਟ ਇਹਨਾਂ ਸਾਰੇ ਮੰਡੀ ਬੱਲਾ ਮੰਡੀ ਹੋਣੇ, ਮੈਂ ਤੁਹਾਨੂੰ ਪਹਿਲੇ ਕਹਿ ਚੁੱਕਿਆ, ਇਹ ਤਾਂ ਲੈ ਚਲੋ ਲੈ ਚਲੋ। ਦੇਖੋ ਬੇਲ ਵੇਖੋ, ਮੈਂ ਬਹੁਤ ਭਾਰੀ ਮੱਝ, ਵੱਡੀ ਮੱਝ ਆ। ਆ ਜਾਓ ਇਹਨਾਂ ਨੇ ਧੱਕ ਜਮਾਣੀ ਜਾ ਕੇ ਉੱਥੇ ਮੇਲੇ ਵਿੱਚ। ਆ ਜਾਓ ਆ ਜਾਓ ਜੀ, ਆ ਜਾਓ ਘੁਮਾਓ। ਆ ਦੇਖੋ ਬਾਕੀ ਨੰਬਰ ਬਾਈ ਨੂੰ ਦਿੱਤਾ ਹੋਊ, ਜੋ ਕਿਸੇ ਨੂੰ ਪਸੰਦ ਆਵੇ ਮੇਰੇ ਵੀਰ ਨੂੰ, ਉਹ ਤੁਸੀਂ ਖਰੀਦਦਾਰੀ ਕਰ ਸਕਦੇ ਆ। ਜ਼ਰੂਰੀ ਨਹੀਂ ਕਿ ਮੰਡੀ 'ਚ ਰੇਟ ਹੋਣਾ ਵਾ, ਇੱਥੇ ਵੀ ਹੋ ਜੂਗਾ। ਸਹੀ ਹੈ ਕਿ ਨਹੀਂ ਬਾਈ ਜੀ? ਹਾਂਜੀ ਹਾਂ। ਚਲੋ ਬੰਦ ਹੋ। ਅਤੇ ਇਹ ਬਾਈ ਜੀ? ਇਹ ਭਾਜੀ 4 ਦਿਨ ਦੇ ਝੋਟੀ ਜੀ। ਪਹਿਲਾ ਸੂਆ ਜੀ? ਦੂਜਾ ਸੂਆ, ਠੀਕ ਆ ਠੀਕ ਆ ਜੀ। ਹਾਂਜੀ ਤੇ ਥੱਲੇ ਦੁੱਧ 18 ਲੀਟਰ ਤਿਆਰ ਹੈ ਜੀ, 10-11 ਦਿਨ ਦੀ ਸੂਈ ਆ। ਅੱਛਾ, ਫੁੱਲ ਹਾਈਟ ਆ, ਵੇਖ ਲਓ ਮੇਰੇ ਪਾਸ ਆ। ਹਾਂ ਦੇਖ ਦੇਖੀ ਜਾਂਦੇ ਬਾਈ ਜੀ, ਠੀਕ ਆ। ਤੇ ਇਹਦੇ ਥੱਲੇ ਵੀ 18 ਕਿਲੋ ਦੁੱਧ ਆ, ਬਿਲਕੁਲ ਤਿਆਰ ਹੈ ਸੰਦੀਪ ਜੀ। ਕਿੰਨੇ ਟਾਈਮ ਹੋ ਗਿਆ ਬਾਈ ਜੀ ਨੂੰ ਸੂਈ ਨੂੰ? ਸੂਈ ਨੂੰ ਭਾਜੀ 10-11 ਦਿਨ ਹੋ ਗਏ। 10-11 ਦਿਨ ਹਜੇ ਕੋਈ ਵੱਧ ਸੰਭਾਵਨਾ ਹੈਗੀ ਹੈ ਜੀ? ਬਿਲਕੁਲ ਬਿਲਕੁਲ। ਇਹ ਵੀ ਖੋਲੋ ਬਾਈ ਜੀ ਮਾੜਾ, ਫਿਰ ਇਹ ਵੀ ਦਿਖਾਈਏ। ਤੇ ਦੇਖੋ ਜੀ 18 ਕਿਲੋ ਦੁੱਧ, ਵੱਡੀਆਂ ਝੋਟੀਆਂ ਜੀ, ਕੋਈ ਚੋੜਾ ਵੇਖੋ, ਕੱਦ ਵੇਖੋ, ਕੰਧੋਂ ਬਾਹਰ ਦਿੰਦੀਆਂ ਦੇਖੋ। ਆਹ ਦੇਖੋ ਜੀ, ਬੜੇ ਵੱਡੇ ਵੱਡੇ ਕੱਦ ਨੇ ਝੋਟੀਆਂ ਜੀ। ਆਹ ਦੇਖੋ ਜੀ, ਆ ਜਾਓ ਜੀ, ਆ ਜਾਓ ਆ ਜਾਓ, ਲੈ ਜਾਓ ਲੈ ਜੀ, ਬਸ ਠੀਕ ਆ। ਤੇ ਬਾਈ ਜਿਹੜੀ ਨਾਲ ਦੀ 3 ਨੰਬਰ ਵਾਲੀ? ਅੱਛਾ ਦੂਜਾ ਸੂਆ ਦੁੱਧ ਜੀ, ਇਹ ਵੀ ਖੋਲੋ ਜੀ ਫਿਰ। ਦੂਜਾ ਸੂਆ ਜੀ, ਦੂਜਾ ਸੂਆ 18 ਕਿਲੋ, ਵੇਖੋ ਵੱਡੀਆਂ ਝੋਟੀਆਂ ਜੀ ਪੂਰੀਆਂ। ਐਵੇਂ ਥੋੜ੍ਹਾ ਬਾਈ ਜੀ ਰਕਮਾਂ ਲੱਕ ਲੱਕ ਹੈਗੀਆਂ ਪਿੱਛੋਂ ਜੀ ਝੋਟੀਆਂ ਦੀਆਂ, ਠੀਕ ਹੈ ਜੀ। ਆਹ ਦੇਖੋ ਆਹ ਦੇਖੋ, ਕੀਮਤ ਵਾਲੀ ਝੋਟੀਆਂ ਪੂਰੀਆਂ ਵੇਖੋ, ਲੈ ਵੇ ਆ ਜਾਓ ਜੀ, ਲਿਆਓ। ਤੇ ਬੱਚੇ ਮਗਰ ਕੀ ਆ ਗਏ ਜੀ ਇਹਨਾਂ ਦੇ ਦਿਨਾਂ ਦੇ? ਇਹਦੇ ਮਗਰ ਕੱਟੀ ਆ ਜੀ। ਅੱਛਾ ਇਹਦੇ ਮਗਰ ਕੱਟੀ ਆ, ਇਹਦੇ ਮਗਰ ਪਤਾ ਬਾਅਦ ਲੈ ਜਾਓ, ਬੰਦ ਹੋ ਜੀ ਉੱਥੇ, ਬੰਦ ਹੋ ਇਹਦੇ ਮਗਰ ਕੱਟਾ ਭਾਜੀ। ਤੇ ਤਕਰੀਬਨ ਬਾਈ ਜੀ ਝੋਟੀਆਂ ਲੈ ਕੇ ਕਿੰਨੇ ਜਾਣੀ ਆਪਾਂ? ਝੋਟੀਆਂ ਜੀ 4 ਤਾਂ ਸਵੇਰੇ ਘਰੋਂ ਆਪਣੇ ਸੇਲ ਹੋ ਗਈਆਂ। ਅੱਛਾ ਜੀ ਠੀਕ ਹੈ ਜੀ। ਹਾਂਜੀ ਤੇ ਝੋਟੀਆਂ ਇੱਕ ਆਹ ਸੰਦੀਪ ਜੀ ਦਿਖਾਉਣੀ ਝੋਟੀ ਦਿਖਾਓ, ਦੋ ਦੰਦ। ਅੱਛਾ ਦੋ ਦੰਦ ਆ ਜੀ। ਹਾਂਜੀ ਦੁੱਧ ਬਾਈ ਜੀ
झोटिया पानी मिले जी। सिंग सुंग वेखो जी, देखो ले चलो जी, बस ठीक है जी। आइडिया भाजी फिर भी कोई 2-2.5 कि थोड़ा मुल जी चलो उठी बस ठीक है जी। ठीक है, देखो जी आ पशु पाइए को जी, मेरा भी कोई गुस्सा ना करे जी, यह सारा मंडी रेट होगा इन्हों का। तो जे किसी ने लैनी हुई खरीदारी करनी हुई और नंबर भाई का होगा, नंबर तो भाई अपना एड्रैस बोल दो जी एक बार। ਭਾਜੀ ਦਾ ਹੀ ਨੰਬਰ ਹੈ ਜੀ 3-81-5-24-25। ਠੀਕ ਆ, ਪਿੰਡ ਸਾਡਾ ਅੱਡਾ ਜੈਂਤੀਪੁਰ, ਹਾਂਜੀ ਬਟਾਲਾ ਤੋਂ ਅੰਮ੍ਰਿਤਸਰ ਹਾਈਵੇ ਤੇ ਮੇਨ ਅੱਡਾ ਜੈਂਤੀਪੁਰ ਹੈ ਜੀ। ਠੀਕ ਹੈ ਜੀ ਭਾਜੀ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ।